ਪਠਾਨਕੋਟ ਨੇੜੇ ਦਮਤਲ ਤੋਂ ਚੱਲ ਰਹੀ ਮਾਲ ਗੱਡੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਬਿਨਾਂ ਡਰਾਈਵਰ ਦੇ ਟਰੈਕ ਤੇ ਭੱਜਣ ਲੱਗੀ। ਇਹੋ ਖ਼ਬਰ ਸੀ ਜਿਸ ਨੇ ਰੇਲ ਵਿਭਾਗ ਨੂੰ ਭਾਜੜਾ ਪਾ ਦਿੱਤੀਆਂ। ਮਾਲ ਗੱਡੀ ਨੂੰ ਰੋਕਣ ਦੇ ਲਈ ਅਲਾਵਲਪੁਰ 'ਚ ਤਿਆਰੀਆਂ ਕੀਤੀਆਂ ਗਈਆਂ। ਸਟੇਸ਼ਨ ਤੇ ਇੱਕ ਘੋਸ਼ਣਾ ਹੋਈ ਕਿ ਪਟੜੀਆਂ ਨੂੰ ਤੁਰੰਤ ਖਾਲੀ ਕਰ ਦਿੱਤਾ ਜਾਏ। ਫਿਲਹਾਲ ਰੇਲ ਗੱਡੀ ਨੂੰ ਉੱਚੀ ਬਸੀ ਵਿਖੇ ਬਿਜਲੀ ਸਪਲਾਈ ਬੰਦ ਕਰ ਰੋਕ ਦਿੱਤਾ ਗਿਆ, ਜਿਸ ਕਾਰਨ ਵੱਡਾ ਹਾਦਸਾ ਹੁਣ ਟਲਿਆ। ਰੇਲਵੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਸੂਚਨਾ ਸੀ ਕਿ ਪਠਾਨਕੋਟ ਤੋਂ ਰੇਲਵੇ ਟਰੈਕ ਤੇ 2 ਇੰਜਨ ਬਿਨਾਂ ਡਰਾਈਵਰ ਤੋਂ ਲੁਧਿਆਣਾ ਵੱਲ ਨੂੰ ਵੱਧ ਰਹੇ ਨੇ। ਇਹਨਾਂ ਦੋਵੇਂ ਇੰਜਨਾਂ ਦੇ ਵਿੱਚ ਕੋਈ ਡਰਾਈਵਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇੰਜਨ ਇੱਕ ਦੂਸਰੇ ਦੇ ਨਾਲ ਹੀ ਜੁੜੇ ਸਨ ਅਤੇ ਇਹਨਾਂ ਦੋਵਾਂ ਇੰਜਨਾਂ ਦੀ ਰਫ਼ਤਾਰ ਲਗਭਗ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਸੀ। ਰੇਲਵੇ ਅਧਿਕਾਰੀਆਂ ਮੁਤਾਬਕ ਸੰਭਵ ਸੀ ਕਿ ਇਹ ਦੋਵੇਂ ਇੰਜਨ ਜਲੰਧਰ ਨੇੜੇ ਸਥਿਤ ਕਾਲਾ ਪੱਕਰਾ ਰੇਲਵੇ ਸਟੇਸ਼ਨ ਨੇੜੇ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਰੇਲ ਪਟੜੀ ਤੋਂ ਹੇਠਾਂ ਉਤਰ ਜਾਣ। ਇਸ ਸਬੰਧੀ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਅੰਬਾਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਦੇ ਸਾਰੇ ਰੇਲਵੇ ਸਟੇਸ਼ਨਾਂ ਤੇ ਐਮਰਜੈਂਸੀ ਰਾਹਤ ਰੇਲ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਸੀ। ਰੇਲ ਗੱਡੀ ਦੇ ਪਟੜੀ ਤੋਂ ਉਤਰਦੇ ਹੀ ਤੁਰੰਤ ਉੱਥੇ ਪਹੁੰਚਣ ਦੇ ਸਖ਼ਤ ਆਦੇਸ਼ ਸਨ, ਪਰ ਗਨੀਮਤ ਰਹੀ ਕਿ ਹਾਦਸਾ ਟਲਿਆ।